ਯਾਰ ਕਹਿੰਦੇ ਵੀ ਅੰਨੇ ਦੇ ਨੁਵਾਇਤੇ ਬੋਲੇ ਸੁਨਣ ਦਲੀਲ ਝੂਠੇ ਜਿੱਤ ਦੇ ਕੇਸ ਤੇ ਸੱਚੇ ਹੋਣ ਚਾਹੀਏ ਤੁਰੇ ਵੀ ਇਸ ਟਾਈਮ ਨਾ ਆ ਮਾਂ ਬੋਲੀ ਤੋਂ ਤੇ ਬਾਰੇ ਪ੍ਰੋਗਰਾਮ ਹੋਰੇ ਦੁਨੀਆ ਦੇ ਵਿੱਚ ਇਤ ਸਿੱਟੇ ਜਿਹੜੀ ਮਾਂ ਬੋਲੀ ਕਹੇ ਅਪਾ ਆਪਣੀ ਗੱਲ ਕਰਦੇ ਸਾਡੇ ਪੰਜਾਬ ਤੇ ਵੇਖਣਾ ਮਾਂ ਬੋਲੀ ਪੰਜਾਬੀ ਕਰਕੇ ਸ਼ਹਿਰਾਂ ਦੇ ਵਿੱਚ ਬੜੇ ਫੰਕਸ਼ਨ ਅੱਗੇ ਪਿੱਛੇ ਬੜੇ ਖਰਚੇ ਕੀਤੇ ਚੱਲ ਜੀ ਗੱਲਾਂ ਮੈਂ ਕਿਨਾ ਕਰਨੇ ਚਾਹੀਦੇ ਫਰ ਮੈਂ ਇੰਤਲ ਫੋਸਦਾ ਤੇ ਜੇ ਜੇ ਮਾਂ ਬੋਲੀ ਪੰਜਾਬੀ ਜਾਣਾ ਇਹਨੂੰ ਬੋਲਣ ਵਾਲੇ ਆ ਕਿਸਾਨ ਮਜ਼ਦੂਰ ਪਿੰਡਾਰੇ ਜਰੀਤ ਹਾਂ ਉਹ ਤਾਂ ਵਿਚਾਰੇ ਮਰੇ ਪਏ ਉਹਨਾਂ ਦਾ ਤਾਂ ਬਾਤ ਕੋਈ ਨਹੀਂ ਲੰਦਾ ਪੀਉਣਾ ਤਾਂ ਹਾਲ ਕੀ ਏ ਇੰਨੀ ਮਹਿੰਗਾਈ ਹੋਈ ਏ ਮੈਂ ਗੱਲ ਕਰਦਾ ਵੀ ਜੇ ਆਪਾਂ ਮਾਂ ਬੋਲੀ ਬੋਲਣ ਵਾਲਾ ਨੂੰ ਬਚਾ ਲਈਏ ਨਾ ਤੇ ਬੋਲੀ ਆਪੇ ਬਾਝੁ ਤੇ ਜੇ ਇਹ ਪੰਜਾਬੀ ਬੋਲਣ ਵਾਲੇ ਹੀ ਨਾ ਰਹੇ ਤੇ ਮਾਂ ਬੋਲੀ ਨੂੰ ਝਟਣਾ ਵੀ ਗਰੀਬ ਵਿਚਾਰੇ ਬੰਦੇ ਆ ਉਹ ਉਹ ਮਹंगाई ਨੇ ਮਾਰ ਦਿੱਤੀ ਸ਼ਰਨ ਦੇ ਮਜ਼ਦੂਰ ਆ ਇਹ ਪਿੰਡਾਂ ਦੇ ਮਜ਼ਦੂਰ ਉਹ ਨਾ ਤਾਂ ਤਹਾਲ ਕੋ ਨਹੀਂ ਅਬੀ ਜਾਣੀ ਨਹੀਂ ਹਾਲ ਬੁੱਝ ਫਦੇ ਉਸ ਤੋਂ ਕੰਦੇ ਹੋਰ ਮੰਗਾਈ ਕਰਦੇ ਪਏ ਕਿਸਾਨ ਦੇ ਨਾਲ ਖਲੋ ਉਹ ਕਿਸਾਨ ਵਾਸਤੇ ਮਜ਼ਦੂਰਾਂ ਵਾਸਤੇ ਇੱਕ ਗਰੀਬਾਂ ਵਾਸਤੇ ਦਾ ਦੇ ਫੰਸ਼ਨ ਕਰੋ ਪ੍ਰੋਗਰਾਮ ਕਰੋ ਇਹਨਾਂ ਦੀ ਗੱਲ ਕਰੋ ਇਹਨਾਂ ਨੂੰ ਬਚਾਓ ਮੈਂ ਬੋਲੀ ਆ ਪੇ ਬਾਝੂਗੀ ਕੋ ਮਜ਼ਦੂਰ ਵਾਸਤੇ ਵੀ ਆਇਆ ਕਿਹਨੇ ਪ੍ਰੋਗਰਾਮ ਕੀਤਾ ਕੋ ਕਿਸਾਨਾਂ ਵਾਸਤੇ ਵੀ ਆਇਆ ਕਿਹਨੇ ਪ੍ਰੋਗਰਾਮ ਕੀਤਾ ਮੈਂ ਬੋਲੀ ਬੋਲਦੇ ਪਿੰਡਾਂ 'ਚ ਪ੍ਰੋਗਰਾਮ ਸ਼ਰਨੇ ਰੱਖ ਲੈਂਦੇ ਇਹ ਤਾਂ ਮਾ ਬੋਲੀ ਬਾਈ ਜੇ ਤੂੰ ਬੰਪੈਲਾ ਮਾਪ ਨੂੰ ਦੇ ਪੁੱਤਰਾਂ ਨੂੰ ਤਾਂ ਬਚਾਓ ਉਹ ਚਾਰਦੇ ਪੰਜਾਬ ਦੇ ਵਿੱਚ ਉਹ ਕਿਸਾਨ ਉਹ ਵਿਚਾਰੇ ਆਪਣਾ ਹਾਕ ਲੈਣ ਵਾਸਤੇ ਨਿਕਲੇ ਤੇ ਸਰਕਾਰ ਨੇ ਉਹਨਾਂ ਤੇ ਉਹ ਅਸਲਾ ਚਲਾਤਾ ਏਨਾ ਜੰਗਾਂ ਵੇਸ਼ ਨਹੀਂ ਚੱਲਦਾ ਸਿੱਧੀਆਂ ਗੋਲੀਆਂ ਉਹ ਤੂੰ ਉਹਨਾਂ ਤੇ ਮਾਰਣੀ ਇਹ ਤਾਂ ਸਿਆਣਾ ਤਾਂ ਸੁਣਿਆ ਸੀ ਵੀ ਕੁਝ ਪਾਣ ਵਾਸਤੇ ਕੁਝ ਫੋਣਾ ਪੈਂਦਾ ਪਰ ਉਹਨਾਂ ਸੀ ਫੁੱਤਰ ਕੋਈ ਇਹ ਆਪਣੇ ਇਹਦਾ ਇਹ ਇਸ ਦੁਆਲਮ ਸਰਕਾਰਾਂ ਹੁੰਦੀਆਂ ਨੇ ਮੈਂ ਗੱਲ ਕਰਦਾ ਇਹਨਾਂ ਸਰਕਾਰਾਂ ਨਾਲ ਅਸੀਂ ਉਹਨਾਂ ਤੋਂ ਮੰਤਲਬਾ ਕਰਦੇ ਵੀ ਸਭ ਤੋਂ ਪਹਿਲਾਂ ਆ ਕਿਸਾਨਾਂ ਤੇ ਐਮਰਜੈਂਸੀ ਲਾਓ ਵੀ ਇਹਨਾਂ ਦਾ ਪੁਸ਼ ਕਰੋ ਕਿਸਾਨ ਗਰੀਬ ਮਜ਼ਦੂਰਾਂ ਦਾ ਇਹਨਾਂ ਵਾਸਤੇ ਕੁਝ ਸੋਚੋ ਅਬ ਗੈਸ ਤੇ ਬਿੱਲ ਇਹ ਵਾਪਸ ਲਓ ਬਿਜਲੀ ਜਿਹੜੀ ਮਹਿੰਗੀ ਕੀਤੀ ਹੈ ਇਹ ਵੀ ਵਾਪਸ ਲਓ ਆਈਐਮਐਫ ਤੋਂ ਪੈਸੇ ਲੈ ਕੇ ਅਸੀਂ ਨਹੀਂ ਖਾਦੇ ਤੇ ਜਿਨ੍ਹਾਂ ਨੇ ਖਾਤੇ ਉਹਨਾਂ ਨੂੰ ਪੁੱਛੋ ਸਾਡੇ ਅਜ ਨਹੀਂ ਮੰਗਾਈ ਇਹਨੂੰ ਕਿਤਾਬ ਜੇ ਇਸ ਸਰਕਾਰ ਨੇ ਨਾ ਕਟਾਈ ਤੇ ਫਿਰ ਅਸੀਂ ਵੀ ਇਸਤਜਾਜ ਕਰਾਂਗੇ ਅਭੀ ਨਾ ਖਾਂਦਾ ਸੀ ਦੇਖਣਾ ਇਹਨਾਂ ਨੂੰ ਫਿਰ ਅਸੀਂ ਵੀ ਇਸਲਾਮਾਬਾਦ ਪਹੁੰਚਾਂਗੇ ਇਸਤਜਾਜ ਕਰਾਂਗੇ ਆਪਣੇ ਹੱਕ ਵਾਸਤੇ ਅਸੀਂ ਵੀ ਲੜਾਂਗੇ ਕਿ ਅਸੀਂ ਜੇ ਘਰ ਬੈ ਕੇ ਤਾਂ ਪੇਸ ਗਿਆ ਤਾਂ ਮਰ ਗਿਆ ਨਾ ਕੋਈ ਇਫੋ ਦਾ ਵਿਆਹ ਕਰ ਸਕਦਾ ਇਹ ਇੱਜ਼ਤ ਦੀ ਰੋਟੀ ਨਹੀਂ ਖਾ ਸਕਦਾ ਜਿਹੜੇ ਹਾਲਾਤ ਬਣਾਪੇ ਨੇ ਤੇ ਜਿਹੜੀ ਸਰਕਾਰ ਬਣੀ ਹੈ ਉਹ ਕਿਰਕ ਕਿਸੇ ਤੋਂ ਲੋਕਾਂ ਬਣਿਆ ਇਹਨਾਂ ਤੇ ਉਮੀਦ ਅਸੀਂ ਕੀ ਰੱਖੀ ਇਹ ਸੇ ਤਾਂ ਉਹ ਸਾਰਾ ਬਣਿਆ ਆਇਤੀ ਅਲਾਪ ਸੰਦੂ ਤੇ ਵੀ ਕਮ ਮਸਜਿਦ ਦੇ ਵਿੱਚ ਨਾ ਕੋ ਕਮੇਟੀ ਨੇ ਮੌਲਵੀ ਨਾਲ ਘਰ ਬਣੇ ਤੇ ਮੌਲਵੀ ਕਰਦਾ ਉਹ ਮਸਜਿਦਾਂ ਵਿੱਚ ਆਤਰੀ ਹੁੰਦੇ ਹਨ ਦਿਨ ਨਾਲ ਘਰ ਕੋ ਨਹੀਂ ਪੋਛਤਾ ਕਿਦਾ ਮੌਲਵੀ ਘਰ ਤਾਂ ਤਾ ਉੱਤੋ ਜੁਮਾ ਆ ਗਿਆ ਉਹਨਾਂ ਨੂੰ ਮੌਲਵੀ ਨਾਲ ਲੱਭੇ ਉਹ ਕਹਿੰਦੇ ਵੀ ਕੀ ਕਰੀਏ ਉਹ ਤੇ ਕੋ ਪੁੱਲ ਫੀਆਂ ਵਾਲਾ ਕੋਲ ਵੀ ਆ ਵੇਛ ਦਾ ਤੇਰੇ ਤੇ ਬਾਬਾ ਉਹਦੀ ਦਾੜੀ ਇਸ ਉਹਨੂੰ ਫੜ ਲੈ ਅੱਜ ਜੁਮਾ ਭਰਾ ਕਿ ਤੇਰੀ ਦਾੜੀ ਉਹ ਕਹਿੰਦਾ ਵੀ ਯਾਰ ਮੈਂ ਤਾਂ ਕਦੀ ਪੜਾਇਆ ਨਹੀਂ ਅਗੇ ਨਹੀਂ ਅਸੀਂ ਤਰਾ ਸਾਈਕਲ ਹੀ ਨਹੀਂ ਦਿਨਾ ਜੋਤਤ ਜੁਮਾ ਨਫੜਾ ਉਹਨੂੰ ਲਿਆ ਤੇ ਮਿੰਬਰ ਤੇ ਬਾਕਤ ਉਹ ਹੰ ਬਚਾਰਾ ਕੋਲ ਨਹੀਂ ਵੇਚਣਾ ਲਾ ਉਹ ਕਹਿੰਦੇ ਨਾਲ ਕੁ ਮਸਲਾ ਉਹ ਕਹਿੰਦਾ ਜੀ ਚੰਗੇ ਕੰਮ ਕਰੋਗੇ ਨਾ ਤੇ ਜੰਨਤ ਮਿਲੋਗੇ ਤੇ ਜੰਨਤ ਵਿੱਚ ਕਹਿੰਦਾ ਹੋਣਾ ਦੋਤ ਵਰਗੇ ਕੋਈ ਆਲੀਆ ਮਲਾਈ ਜਾਵੇ ਉਹਨੇ ਬੇਇਜ਼ਤੀਆਂ ਕੁੱਝ ਨਹੀਂ